ਤੇ ਰਾਜਦੇਵ ਸਿੰਘ ਖਾਲਸੇ ਨੂੰ ਕਾਤੋਂ ਆਪਾਂ ਪੰਥਕ ਮੰਨਦੇ ਆਂ ਕਾਤੋਂ ਪੰਥਕ ਹੋ ਗਿਆ ਜੀ ਜਿਹੜਾ ਬੰਦਾ ਆਰਐਸਐਸ ਬੀਜੇਪੀ ਦਾ ਉਰੇ ਦਾ ਹੈਡ ਰਿਹਾ ਹੋਵੇ ਉਹ ਤੋਂ ਤੁਸੀਂ ਕੀ ਆਸ ਰੱਖ ਸਕਦੇ ਹੋ ਉਤੇ ਕੋਈ ਆਸ ਨਹੀਂ ਰੱਖੀ ਜਾ ਸਕਦੀ ਜਿਹੜੇ ਸੋਹਿਰਤ ਸਿੱਖ ਨੇ ਜਿਨ੍ਹਾਂ ਨੇ ਪੰਜਾਬ ਲਈ ਕੁਰਬਾਨੀਆਂ ਕੀਤੀਆਂ ਨੇ ਜਿਨ੍ਹਾਂ ਨੇ ਪੰਜਾਬ ਲਈ ਤਸ਼ੱਦਦ ਚੱਲਿਆ ਉਹਨਾਂ ਤੇ ਇਤਵਾਰ ਕਰ ਸਕਦੇ ਆਂ ਠੀਕ ਹੈ ਇੱਕ ਨਵਾਂ ਧੜਾ ਖੜਾ ਹੋਰ ਕਰਕੇ ਨਵੇਂ-ਨਵੇਂ ਬਖੇੜੇ ਹੋਰ ਆਪਾਂ ਖੜੇ ਕਰ ਲਾਂਗੇ ਯਾਰ ਇਹਦਾ ਮਤਲਬ ਅਸੀਂ ਨੇਜੀ ਛੱਡਣ ਨੂੰ ਤਿਆਰ ਨਹੀਂ ਅਸੀਂ ਹੰਕਾਰ ਨਹੀਂ ਛੱਡ ਰਹੇ ਇਕੱਠੇ ਕਿਉਂ ਨਹੀਂ ਹੋ ਰਹੇ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਜੇ ਜਿਹੜਾ ਵੀ ਪੰਜਾਬ ਦਾ ਔਰ ਪੰਥ ਦਾ ਭਲਾ ਚਾਹੁੰਦਾ ਉਹ ਸਾਰਾ ਨਿੱਜ ਛੱਡ ਕੇ ਇੱਕ ਝੰਡੇ ਥੱਲੇ ਇਕੱਠੇ ਹੋਵੇ ਆਪਣੇ ਕੋਲ ਹੈਗਾ ਸਾਰਾ ਕੁਝ ਜੇ ਰਾਜਦੇਵ ਸਿੰਘ ਖਾਲਸਾ ਗਵਾਈ ਕਰਕੇ ਨਾ ਮੈਂ ਅਕਾਲੀ ਦਲ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਲਵਿੰਦਰ ਸਿੰਘ ਪਲਵਿੰਦਰ ਸਿੰਘ ਤਲਵਾੜਾ ਜਾਨੋ ਦਾ ਧੜਾ ਇਹਦਾ ਵਿਰੋਧ ਕਰੂੰਗਾ ਦੇਖੋ ਜਿਹੜਾ ਵੀ ਬੰਦਾ ਬੀਜੇਪੀ ਆਰਐਸਐਸ ਨਾਲ ਹੈ ਭਲਵਿੰਦਰ ਸਿੰਘ ਉਹਦੀ ਕਦੇ ਸਪੋਰਟ ਨਹੀਂ ਕਰੂਗਾ ਕਦੇ ਵੀ ਜਿਹੜਾ ਬੰਦਾ ਪੰਜਾਬ ਔਰ ਪੰਥ ਦੀ ਗੱਲ ਕਰੂਗਾ ਉਹਦੀ ਡਟ ਕੇ ਸਪੋਰਟ ਵੀ ਕਰੂਗਾ ਉਹਦੀਆਂ ਗੱਲਾਂ ਦਾ ਸਵਾਗਤ ਵੀ ਕਰੂਗਾ ਉਹ ਚਾਹੇ ਕੋਈ ਹੋਵੇ ਪਰ ਜਰ ਤੁਸੀਂ ਬੀਜੇਪੀ ਆਰਐਸਐਸ ਦੀ ਗੋਦੀ ਚ ਬੈਠ ਕੇ ਤੁਸੀਂ ਪੰਜਾਬ ਦਾ ਕੀ ਸਵਾਰ ਦੇਂਗੇ ਔਰ ਸਿੱਖਾਂ ਦਾ ਕੀ ਸਵਾਰ ਦੇਂਗੇ ਮਖੌਟੇ ਪਾਏ ਹੋਏ ਨੇ ਯਾਰ ਮਖੌਟੇ ਪਾਏ ਨੇ ਉੱਤੇ ਜੀ ਕਿਰਪਾਨਾਂ ਪਾਲੰਦੇ ਨੇ ਫਿਰ ਲੋਕਾਂ ਨੂੰ ਦਿਖਾਉਣ ਦੇ ਮਾਰੇ ਵੀ ਅਸੀਂ ਪੰਥਕਾਂ ਜਿੱਦਣ ਆਰਐਸਐਸ ਭੀਜਪੀ ਦੀ ਗੋਦੀ 'ਚ ਬੈਠੇ ਸੀ ਜਾ ਕੇ ਉਹਦਣ ਦਿਖਦਾ ਨਹੀਂ ਸੀ ਵੀ ਪੰਜਾਬ ਵੀ ਹੈਗਾ ਪੰਥ ਵੀ ਹੈਗਾ ਨਹੀਂ ਇਹਨਾਂ ਲੋਕਾਂ ਨੂੰ ਕੁਰਸੀ ਪਿਆਰੀ ਹੈ ਇਹਨਾਂ ਨੂੰ ਸ਼ੋਰਤ ਪਿਆਰੀ ਹੈ ਪੰਜਾਬ ਔਰ ਪੰਥ ਨਹੀਂ ਪਿਆਰਾ ਹੈਗਾ ਪੰਜਾਬ ਔਰ ਪੰਥ ਜੇ ਪਿਆਰਾ ਹੋਵੇ ਉਧਰ ਕਦੇ ਨਹੀਂ ਜਾਂਦਾ ਸੰਤ ਜਰਨੈਲ ਸਿੰਘ ਨੂੰ ਕਿਉਂ ਨਾ ਕੋਈ ਲੈ ਗਿਆ ਸਾਡੇ 2.5 ਲੱਖ ਸ਼ਹਾਦਤ ਹੋ ਗਈ ਸਾਡੇ ਉਹਨਾਂ ਸਿੰਘਾਂ ਨੂੰ ਕਿਉਂ ਨਾ ਕੋਈ ਲੈ ਗਿਆ ਦੀਪ ਸਿੱਧੂ ਨੂੰ ਕਿਉਂ ਨਾ ਕੋਈ ਲੈ ਗਿਆ ਸਾਨੂੰ ਲਿਜਾ ਕੇ ਦਿਖਾ ਦੇਣ ਅਸੀਂ ਕਿਵੇਂ ਚਲੇ ਜਾਵਾਂਗੇ ਜੀ ਪੰਜਾਬ ਨੂੰ ਔਰ ਪੰਥ ਨੂੰ ਛੱਡ ਕੇ ਸਾਰੇ ਜਿੰਨੇ ਸੁਹਿਰਦ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਲਈ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ ਸਾਰਿਆਂ ਨੂੰ ਨਿਮਰਤਾ ਸਹਿਤ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇਕੱਠੇ ਹੋ ਜੋ ਜੇ ਪੰਜਾਬ ਦਾ ਔਰ ਕੁਝ ਪੰਥ ਦਾ ਸਵਾਰਨਾ ਚਾਹੁੰਦੇ ਹੋ ਯਾਰ ਆਪਾਂ ਬੰਦੀ ਸਿੰਘ ਤਾਂ ਰਿਹਾਈ ਰਿਹਾਨੀ ਕਰਾ ਸਕੇ ਜਿੰਨੀਆਂ ਸਜਾਵਾਂ ਨੇ ਉਦੋਂ ਦੁੱਗਣੀਆਂ ਤੋਂ ਬਾਅਦ ਉਹ ਕਿਹੜਾ ਮਸਲਾ ਆਪਾਂ ਹੱਲ ਕਰਾ ਸਕੇ ਆ ਸਾਨੂੰ ਤੰਨ ਕੇ ਤਾਂ ਰੱਖਤਾ ਸੈਂਟਰ ਗਵਰਨਮੈਂਟ ਨੇ ਪਾਣੀ ਸਾਡਾ ਲੁੱਟ ਕੇ ਲੈ ਗਏ ਬਿਜਲੀ ਯਾਰ ਸਾਡੀ ਲੈ ਗਏ ਠੀਕ ਆ ਬੰਦੀ ਸਿੰਘ ਸਾਡੇ ਨਹੀਂ ਛੱਡਦੇ ਕਾਲ ਤੱਕ ਸਭ ਤੇ ਹਮਲਾ ਹੋਇਆ ਇਹ ਇਹ ਐਨੇ ਸਾਡੇ ਨੌਜਵਾਨ ਸ਼ਹੀਦ ਹੋ ਗਏ ਕਿਸੇ ਦਾ ਸਾਨੂੰ ਇਨਸਾਫ ਨਹੀਂ ਮਿਲਿਆ ਦਿੱਲੀ ਚ ਸਾਡੀ ਨਸਲ ਕੁਸ਼ੀ ਕਰਤੀ ਉਹਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਫਿਰ ਆਪਾਂ ਹੋਰ ਪਾਰਟੀਆਂ ਬਣਾ ਕੇ ਕੀ ਕਰ ਲਾਂਗੇ ਇਹ ਤਾਂ ਇਹ ਜਿਹੜੀਆਂ ਪਾਰਟੀਆਂ ਬਣਾਉਣੀਆਂ ਇਹ ਤਾਂ ਯਾਰ ਇੱਕ ਦੂਏ ਪ੍ਰਤੀ ਈਰਖਾ ਹੈ ਇਹ ਤਾਂ ਜੈਲਸੀ ਹੈ ਇੱਕ ਦੂਏ ਪ੍ਰਤੀ ਭਈ ਹੋਮੀਓ ਆ ਇੱਕ ਕਿਸਮ ਦੀ ਵੀ ਮੈਂ ਹੀ ਐ ਕਹਣੀ ਸਾਰਾ ਕੁਝ ਇਹ ਦਸਮ ਪਾਤਸ਼ਾਹ ਦਾ ਪੰਥ ਹੈ ਜੀ ਇਹਦੇ ਤੇ ਜਿਹੜਾ ਪੰਜਾਬ ਨੂੰ ਔਰ ਪੰਥ ਨੂੰ ਸਮਰਪਿਤ ਹੋ ਕੇ ਅੱਗੇ ਵਧੂਗਾ ਦਸਮ ਪਾਤਸ਼ਾਹ ਨੇ ਹੱਥ ਉਹਦੇ ਤੇ ਰੱਖਣਾ ਨਹੀਂ ਬੜੇ ਆਏ ਤੇ ਬੜੇ ਗਏ ਕੁਝ ਨਹੀਂ ਬਣਨਾ ਹੈਗਾ ਇਕਣ ਇਸ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਮੈਂ ਅੱਜ ਤੱਕ ਦੀ ਪਰ ਮੈਂ ਇਹੀ ਗੱਲ ਕਹਿੰਦੇ ਰਹੇ ਛੋਟੇ ਛੋਟੇ ਧੜਿਆਂ ਚ ਪਾ ਮੰਡੇ ਹੋਏ ਆ ਠੀਕ ਹੈ ਨਿੱਜ ਦੀ ਸਿਆਸਤਾ ਕਰਦੇ ਆ ਉੱਥੇ ਕੁਝ ਨਹੀਂ ਨਿਕਲਣਾ ਪੰਥ ਨੂੰਰ ਪੰਜਾਬ ਨੂੰ ਯਾਰ ਸਮਰਪਿਤ ਹੋ ਕੇ ਤਾਂ ਦੇਖੋ ਸਾਰਾ ਕੁਝ ਬਣੂਗਾ ਅੱਪਾ ਤਾਂ ਇੱਕ ਦੂਏ ਨੂੰ ਨਿੰਦਣ ਲੱਗੇ ਹੋਇਆ ਜਿੰਨਾ ਸਿੱਖ ਇੱਕ ਦੂਸਰੇ ਨੂੰ ਬਦਨਾਮ ਕਰਦੇ ਨੇ ਯਾਰ ਕੋਈ ਵੀ ਨਹੀਂ ਕਰਦਾ ਕਦੇ ਤੁਸੀਂ ਹਿੰਦੂ ਦੇਖੇ ਨੇ ਕਦੇ ਮੁਸਲਮਾਨ ਦੇਖੇ ਨੇ ਕਦੇ ਇਸਾਈ ਦੇਖੇ ਨੇ ਅੱਪਾ ਇੱਕ ਦੂਏ ਨੂੰ ਨਿੰਦਣ ਤੇ ਜ਼ੋਰ ਲਾਇਆ ਪਿਆ ਪੰਜਾਬ ਦਾ ਪੰਥ ਦਾ ਕੀ ਸਵਾਰ ਦਾਂਗੇ ਤੇ ਇੱਥੇ ਤੱਕ ਐ ਕਿ ਜਿਹੜੇ ਪੋਲੀਟਿਕਲ ਬੰਦੇ ਜਾਂ ਧਾਰਮਿਕ ਬੰਦੇ ਵਿਚਰਦੇ ਨੇ ਜਿਹੜੇ ਵਿਚਰ ਰਹੇ ਨੇ ਜਿਨ੍ਹਾਂ ਨੇ ਉਮਰਾਂ ਕੱਢਤੀਆਂ ਉਹਨਾਂ ਨੂੰ ਡਰਾਇਆ ਜਾ ਰਿਹਾ ਕਿ ਪੰਥ ਦੀ ਯਾਰ ਪੰਜਾਬ ਦੀ ਗੱਲ ਨਾ ਕਰੋ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਉਹਨਾਂ ਉਹਨਾਂ ਦੀਆਂ ਸਪਾਰੀਆਂ ਦਿੱਤੀਆਂ ਜਾ ਰਹੀਆਂ ਨੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਕਾਫੀ ਕੁਛ ਬਾਹਰ ਨਿਕਲ ਕੇ ਆਊਗਾ ਕਿ 4-5 ਵੱਡੇ ਜਿਹੜੇ ਪੰਥਕ ਚਿਹਰੇ ਨੇ ਉਹਨਾਂ ਨੂੰ ਮਾਰਨ ਦੀਆਂ ਯਾਰ ਸਪਾਰੀਆਂ ਦਿੱਤੀਆਂ ਜਾ ਰਹੀਆਂ ਨੇ ਸਾਰਾ ਕੁਝ ਹੈ ਸਟੇਟ ਕੋਲ ਉਹ ਜਦ ਕੱਢਦੇ ਨੇ ਜਦ ਕੋਈ ਸਮਾਂ ਆਊਗਾ ਪਰ ਆਪਾਂ ਇਹ ਗੱਲਾਂ ਸਮਝਦੇ ਹੀ ਨਹੀਂ ਹੈਗੇ ਆਪਾਂ ਨੂੰ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਸਾਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਸਾਡਾ ਦੁਸ਼ਮਣ ਕੌਣ ਆ ਸਾਨੂੰ ਕੌਣ ਹੈਰਾਨ ਕਰ ਰਿਹਾ ਅਸੀਂ ਯਾਰ ਕਿਹਦੇ ਇਸ਼ਾਰੇ ਤੇ ਚੱਲ ਰਹੇ ਹਾਂ ਦਸਮ ਪਾਤਸ਼ਾਹ ਦਾ ਇਹ ਇਸ਼ਾਰਾ ਸੀ ਪੰਥ ਦਾ ਇਹ ਇਸ਼ਾਰਾ ਕਿ ਜਿਹੜਾ ਕੋਈ ਪੰਥ ਦੀ ਧਰਮ ਦੀ ਗੱਲ ਕਰਦਾ ਉਹਨੂੰ ਮਾਰ ਦੋ ਉਹਦੀ ਸਪਾਰੀ ਦੇ ਦਿਓ ਮੈਨੂੰ ਅੱਜ ਦੀਪ ਸਿੱਧੂ ਦੀ ਗੱਲ ਕਰਨ ਤੋਂ ਰੋਕਿਆ ਜਾ ਰਿਹਾ ਹੈ ਮੈਨੂੰ ਡਰਾਇਆ ਜਾ ਰਿਹਾ ਹੈ ਮੈਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਕਿ ਤੇਰੀ ਹੁਣ ਲੋੜ ਨਹੀਂ ਹੈਗੀ ਠੀਕ ਹੈ ਜੀ ਇਸ ਵਾਸਤੇ ਆਉਣ ਵਾਲੇ ਸਮੇਂ 'ਚ ਬਹੁਤ ਕੁਛ ਨੰਗਾ ਹੋਊਗਾ ਤੇ ਇਹਦੇ ਵਾਸਤੇ ਸਾਰੇ ਪੰਥ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪਊ ਨਹੀਂ ਇੱਕ ਵਾਰੀ ਫੇਰ ਔਰ 84 ਵਰਗੇ ਦਿਨ ਪੈਦਾ ਹੋਣਗੇ ਔਰ ਸਿੱਖਾਂ ਨੂੰ ਮਾਰਿਆ ਜਾਊਗਾ ਔਰ ਮਰਵਾਉਣ ਵਾਲੇ ਸਿੱਖ ਹੋਣਗੇ ਇਸ ਵਾਸਤੇ ਗੁਰੂ ਅੱਗੇ ਅਰਦਾਸ ਕਰਦੇ ਆ ਅਸੀਂ ਤਾਂ ਸਤਿਉਰੇ ਸਹਿਜ ਪਾਠ ਰੰਬੇ ਹੋਏ ਨੇ ਸਾਰੇ ਪੰਥ ਦੀ ਚੜ੍ਹਦੀ ਕਲਾ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਪੰਥ ਦੀ ਏਕਤਾ ਲਈ ਰਾਜ ਕਰੇਗਾ ਖਾਲਸਾ ਦੇ ਜਿਹੜਾ ਰਾਜ ਕਰੇ ਦਾ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਹਰੇਕ ਸੰਗਰਾਮ ਨੂੰ ਭੋਗ ਪਾਉਣੇ ਆ ਕਿ ਸੱਚੇ ਪਾਤਸ਼ਾਹ ਸਮੱਤ ਬਖਸ਼ ਜਿਹੜੇ ਜਿਹੜੇ ਬੰਦੇ ਅੱਜ ਗੱਲਾਂ ਕਰਦੇ ਨੇ ਉਹਨਾਂ ਦਾ ਤਾਂ ਪੰਥ ਨਾਲ ਕਦੇ ਬਹੁਤਾ ਦੂਰ ਦਾ ਵੀ ਵਾਅ ਵਸਤਾ ਨਹੀਂ ਰਿਹਾ ਯਾਰ ਕੋਈ ਕਿਸੇ ਨੂੰ ਡਰਾ ਥੋੜੋ ਸਕਦਾ ਜਿਹੜਾ ਦਸਮ ਪਾਤਸ਼ਾਹ ਦਾ ਪੁੱਤਰ ਹੈ ਉਹਨੂੰ ਕੌਣ ਡਰਾ ਲੂਗਾ ਜੀ ਬਲਵਿੰਦਰ ਸਿੰਘ ਤਲਵਾੜਾ ਨੂੰ ਵੀ ਸਿਕਿਉਰਿਟੀ ਦਿੱਤੀ ਗਈ ਆ ਡਰਾਉਣ ਦੀ ਕੋਸ਼ਿਸ਼ ਹੋ ਰਹੀ ਆ ਕਿਸੇ ਪਾਸਿਓਂ ਬਿਲਕੁਲ ਬਿਲਕੁਲ ਮੈਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਆ ਔਰ ਇੱਥੋਂ ਤੱਕ ਕੇ ਮੈਨੂੰ ਮਾਰਨ ਦੀ ਮੇਰੇ ਦੀ ਸਪਾਰੀ ਦਿੱਤੀ ਹੋਈ ਆ ਹਮ ਸਾਰੀ ਸਾਰੀ ਪੁਲਿਸ ਨੂੰ ਇਸ ਗੱਲ ਦਾ ਪਤਾ ਰਿਕਾਰਡਿੰਗਾਂ ਨੇ ਪੁਲਿਸ ਕੋਲ ਕਿਹਨੇ ਦਿੱਤੀ ਤੁਹਾਡੀ ਸਪਾਰੀ ਕਿਸੇ ਨੇ ਦਿੱਤੀ ਜੀ ਹੁਣ ਜੇ ਮੈਂ ਹਲੇ ਨਹੀਂ ਮੈਂ ਨਾਂਉ ਲੈਣਾ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਹਣੀ ਮੈਂ ਦੇਖੋ ਮੇਰੇ ਦਾੜੀ ਵੀ ਨਹੀਂ ਸੀ ਆਈ 1983 ਤੋਂ ਲੈ ਕੇ ਪੰਜਾਬ ਲਈ ਪੰਥ ਲਈ ਤੁਰੇ ਫਿਰਦੇ ਆ ਸਾਡੇ ਪੂਰੇ ਪਰਿਵਾਰ ਨੇ ਤਨ ਮਨ ਧਨ ਨਾਲ ਪੰਥ ਦੀ ਸੇਵਾ ਕੀਤੀ ਆ ਕਦੇ ਕੋਈ ਅਹੁਦਾ ਨਹੀਂ ਲਿਆ ਠੀਕ ਹੈ ਜੀ ਅੱਜ ਸਾਨੂੰ ਡਰਾਇਆ ਜਾ ਰਿਹਾ ਠੀਕ ਹੈ ਸਾਨੂੰ ਮਾਰਨ ਲਈ ਬੰਦੇ ਭੇਜੇ ਜਾ ਰਹੇ ਨੇ ਕਿ ਉਹਨੂੰ ਮਾਰ ਦਿਓ ਠੀਕ ਹੈ ਜੀ ਤੇ ਇਸ ਤਰ੍ਹਾਂ ਥੋੜੋ ਹੁੰਦਾ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਹਰ ਜ਼ਖਮੀ ਮੱਥਾ ਝੁਕਦਾ ਨਹੀਂ ਹੁੰਦਾ ਬਹੁਤ ਕੁਝ ਪੰਥ ਨੇ ਦੇਖਿਆ ਬਹੁਤ ਕੁਝ ਸਾਡੇ ਪਰਿਵਾਰ ਨੇ ਪਿੰਡੇ ਤੇ ਹੰਡਾਇਆ ਕਦੇ ਵੀ ਕੋਈ ਆਪਣੇ ਭਰਾ ਦੀ ਆਪਣੀ ਭੈਣ ਦੀ ਆਪਣੇ ਬਾਪ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਮੈਂ ਪਲਵਿੰਦਰ ਸਿੰਘ ਤਲਵਾੜਾ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜ਼ਿੰਮੇਵਾਰੀ ਲੈਣਾ ਕਿ ਚਾਰ ਪੁਸ਼ਤਾਂ ਚ ਮੇਰੇ ਬਾਬਾ ਜੀ ਮੇਰੇ ਫਾਦਰ ਸਾਹਿਬ ਅਸੀਂ ਔਰ ਸਾਡੇ ਬੱਚਿਆਂ ਨੇ ਸੂਈ ਦੇ ਨੱਕੇ ਜਿੰਨਾ ਕਦੇ ਪੰਥ ਦਾ ਪੰਜਾਬ ਦਾ ਵਿਰੋਧ ਕੀਤਾ ਹੋਵੇ ਅਸੀਂ ਭੁਗਤਣ ਨੂੰ ਤਿਆਰ ਆਂ ਅਕਾਲ ਤਖਤ ਸਾਹਿਬ ਤੇ ਜਾ ਕੇ ਭੁਗਤਣ ਨੂੰ ਤਿਆਰਾਂ ਜੋ ਸਿੱਖ ਸੰਗਤ ਸਜਾ ਲਾਊਗੀ ਉਹ ਭੁਗਤਣ ਨੂੰ ਤਿਆਰਾਂ ਸੂਈ ਦੇ ਨੱਕੇ ਜਿੰਨਾ ਵੀ ਕੋਈ ਕਸੂਰ ਹੋਵੇ ਪਰ ਅੱਜ ਸਾਨੂੰ ਡਰਾਇਆ ਜਾ ਰਿਹਾ ਯਾਰ ਉਹਨਾਂ ਬੰਦਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 4-5 ਬੰਦਿਆਂ ਨੂੰ ਹਿੱਟ ਕੀਤਾ ਹੋਇਆ ਕਿ ਆਹ ਬੰਦੇ ਇਹਨਾਂ ਨੂੰ ਬੰਦੇ ਬਣਾਓ ਇਸ ਕਰਕੇ ਆਉਣ ਵਾਲਾ ਸਮਾਂ ਤਲਵਾਰਾ ਸਾਹਿਬ ਤੁਹਾਡੇ ਤੋਂ ਹੁਣ ਇਹ ਸਵਾਲ ਉਸ ਤਰ੍ਹਾਂ ਉਸ ਤਰੀਕੇ ਨਾਲ ਹੋਣਗੇ ਕਿਤੇ ਸਿਕਿਉਰਿਟੀਆਂ ਲੈਣ ਦੇ ਲਈ ਇਦਾਂ ਦੇ ਬਿਆਨ ਤਾਂ ਨਹੀਂ ਆਉਂਦੇ ਕਿਉਂਕਿ ਸ਼ਿਵਸ਼ੈ ਨਾਲ ਅਕਸਰੇ ਸਵਾਲ ਚੁੱਕੇ ਜਾਂਦੇ ਨੇ ਕਿ ਉਹ ਉਹ ਜਾਣ ਪੁੱਝ ਕੇ ਖਾਲਸਤਾਨੀਆਂ ਦੇ ਖਿਲਾਫ ਬੋਲਦੇ ਨੇ ਉਸ ਤੋਂ ਸਿਕਿਉਰਿਟੀਆਂ ਮਿਲਦੀਆਂ ਨੇ ਉਹ ਇਸ ਤਰ੍ਹਾਂ ਦਾ ਇੱਕ ਪ੍ਰੋਪਗੈਂਡਾ ਰਚਿਆ ਜਾਂਦਾ ਇਹ ਸਵਾਲ ਹੁਣ ਬਲਵਿੰਦਰ ਸਿੰਘ ਤਲਵਾਰੇ ਤੋਂ ਹੋਣਗੇ ਮੈਂ ਕਿਹਦੇ ਖਿਲਾਫ ਬੋਲਦਾ ਜੀ ਪਹਿਲਾਂ ਤਾਂ ਮੈਨੂੰ ਇਹ ਦੱਸ ਦੋ ਮੈਂ ਤਾਂ ਪੰਜਾਬ ਦੀ ਔਰ ਪੰਥ ਦੀ ਗੱਲ ਕਰਦਾ ਕਦੇ ਕਿਸੇ ਨੂੰ ਸਿਕਿਉਰਿਟੀ ਨੂੰ ਕਿਹਾ ਹੋਵੇ ਜੇ ਹੁਣ ਤੁਹਾਨੂੰ ਘਰ ਬੈਠਿਆਂ ਨੂੰ ਬੰਦੇ ਮਾਰਨ ਆਉਣਗੇ ਫਿਰ ਅਸੀਂ ਕੀ ਕਰਾਂਗੇ ਜੀ ਫਿਰ ਬੰਦਾ ਹੋਰ ਕੀ ਕਰੂਗਾ ਮੈਂ ਆਕਾਲ ਤਖਤ ਸਭ ਤੇ ਜਾ ਕੇ ਕਹਿਣ ਨੂੰ ਤਿਆਰ ਹਾਂ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਨੇ ਮੈਂ ਆਕਾਲ ਤਖਤ ਸਭ ਤੇ ਦਰਬਾਰ ਸਾਹਿਬ ਅਰਦਾਸ ਕਰਾ ਕੇ ਗੱਲਾਂ ਕਹਿਣ ਨੂੰ ਤਿਆਰ ਹਾਂ ਇਸ ਤਰ੍ਹਾਂ ਨਹੀਂ ਲੜਾਈਆਂ ਲੜੀਆਂ ਜਾਣੀਆਂ ਪੰਜਾਬ ਦੀਆਂ ਆਪਾਂ ਨਿੱਜ ਦੀ ਲੜਾਈ ਨਹੀਂ ਲੜ ਰਹੇ ਪੰਜਾਬ ਦੀ ਔਰ ਪੰਥ ਦੀ ਗੱਲ ਕਰਦੇ ਹਾਂ ਸੰਤ ਜਰਨੈਲ ਸਿੰਘ ਉਹਨਾਂ ਦੀ ਗੱਲ ਕਰਦੇ ਹਾਂ ਤੇ ਫੇਰ ਫਿਰ ਜਦੋਂ ਕੋਈ ਗੱਲ ਹੋਊਗੀ ਫਿਰ ਕਹਣਗੇ ਜੀ ਭਰਾ ਮਾਰੂ ਜੰਗ ਹੋਗੀ ਫਿਰ ਕਹਿਣਗੇ ਇਹਨਾਂ ਨੂੰ ਤਾਂ ਜੀ ਸਟੇਟ ਨੇ ਰੱਖਿਆ ਹੋਇਆ ਜੇ ਤੁਸੀਂ ਬੰਦੇ ਨੂੰ ਮਾਰਨੇ ਆ ਗਏ ਫਿਰ ਬੰਦਾ ਆਪਣੀ ਹਫਾਜ਼ਤ ਕਰੂਗਾ ਨਹੀਂ ਫਿਰ ਤਾਂ ਅਸੀਂ ਦਸਮ ਪਾਤਸ਼ਾਹ ਦੇ ਪੁੱਤਰ ਨਾ ਹੋਏ ਯਾਰ ਦੀਪ ਸਿੱਧੂ ਦੀ ਆ ਕੱਲ ਕਿਸੇ ਆਪਣੇ ਪ੍ਰਚਾਰਕ ਹੈਗਾ ਉਹਨੇ ਕਿਹਾ ਕਿ ਚੜ ਕੇ ਆਏ ਨੂੰ ਤੇਗ ਤੇ ਚੱਲ ਕੇ ਆਏ ਨੂੰ ਦੇ